ਪੇਸ਼ੈਂਟ ਆਇਆ ਸੀ ਰੇਸ਼ਮ ਸਿੰਘ, ਉਮਰ ਤਕਰੀਬਨ 30 ਸਾਲ ਸੀਗੀ, ਅਤੇ ਉਹ ਬਰੋਡ ਡੈਡ ਵੀ ਸੀ ਪੇਸ਼ੈਂਟ ਪਹਿਲਾਂ ਹੀ, ਅਤੇ ਕਹਿੰਦੇ ਆ ਕਿ ਐਕਸੀਡੈਂਟ ਕੇਸ ਸੀਗਾ ਅਤੇ ਹੈਡ ਇੰਜਰੀ ਹੈਗੀ ਸੀ ਉਸਦੇ। ਦੂਸਰੇ ਵਾਲਾ ਜਿਹੜਾ ਜੀ, ਦੂਸਰਾ ਵਾਲਾ ਜ਼ਖਮੀ ਹੈ, ਉਹ ਕੌਣ ਹੈ, ਕੀ ਨਾਮ ਹੈ? ਕਰਨੈਲ ਸਿੰਘ। ਡਰਾਈਵਰੀ ਡਰਾਈਵਰ ਹੈ? ਹਾਂਜੀ, ਉਹ ਸ਼ਾਇਦ ਡਰਾਈਵ ਕਰ ਰਹੇ ਹੋਣੇ ਆ, ਅਤੇ ਉਹ ਹੁਣ ਜ਼ਖਮੀ, ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ। ਠੀਕ। ਮੇਰਾ ਨਾਮ ਮੰਗਲ ਸਿੰਘ ਹੈ ਜੀ। ਮਤਲਬ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਸੀ? ਐਕਸੀਡੈਂਟ ਜੀ, ਮਿਸਤਰੀ ਮੁੰਡਾ ਬੈਠਾ ਸੀ, ਇੱਧਰੋਂ ਗੱਡੀ ਆ ਰਹੀ ਸੀ, ਉਹਨਾਂ ਨੇ ਗੱਡੀ ਬੜੀ ਤੇਜ਼ ਸੀ, ਗੱਡੀ ਵਾਲਾ ਨਸ਼ਾ ਨੁਸ਼ਾ ਕਰਦਾ ਹੈ, ਨਸ਼ੇ ਕਾਰਨ, ਅਤੇ ਉਹਨੇ ਗੱਡੀ ਵਿੱਚ ਮਾਰਤੀ ਹੈ, ਠੇਕਾ ਵੀ ਸਾਰਾ ਟੁੱਟ ਗਿਆ, ਦੁਕਾਨ ਵੀ ਟੁੱਟ ਗਈ, ਮੁੰਡਾ ਜਿਹੜਾ ਹੈਗਾ ਸੀ ਮਿਸਤਰੀ, ਉਹ ਉਹਨੂੰ ਹੋਸਪਿਟਲ ਲੈ ਕੇ ਗਏ ਨੇ, ਇੱਕ ਹੀ ਬੈਠਾ ਸੀ, ਅਤੇ ਸ਼ਾਇਦ ਹੁਣ ਵੀ ਉਹਦੀ ਮ੍ਰਿਤਿਊ ਹੋ ਗਈ ਹੈ, ਕਿ ਮਹਾਰਾਜ ਬਚਾਵੇ, ਆਪਾਂ ਤਾਂ ਇਹ ਕਹਿੰਦੇ ਹਾਂ, ਲੈ ਕੇ ਉਹਨੂੰ ਗਏ ਹੋਏ ਨੇ ਹਸਪਤਾਲ, ਅਤੇ ਇਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਠੇਕੇ ਦਾ ਜਿਹੜਾ ਹੈਗਾ, ਸ਼ਰਾਬ ਸ਼ਰੂਬ ਸਾਰੀ ਡੁੱਲ ਗਈ ਹੈ, ਜਿੰਨਾ ਵੀ ਅੰਦਰ ਪਿਆ ਠੇਕੇ ਦੇ, ਕਾਊਂਟਰ ਫਰਿੱਜ ਸਭ ਟੁੱਟ ਗਏ ਨੇ। ਹਾਂਜੀ, ਕਿਹਦੀ ਡੈਥ ਹੋਈ ਹੈ? ਆਪਣੇ ਮੁੰਡੇ ਰੇਸ਼ਮ ਦੀ। ਕਿਵੇਂ ਹੋਈ ਹੈ? ਐਕਸੀਡੈਂਟ, ਮੋਟਰ ਕੈਂਟਰ ਮਾਰਿਆ ਉਹਨੇ ਵਿੱਚ। ਕਿਸ ਤਰ੍ਹਾਂ? ਦੁਕਾਨ ਦੇ ਵਿੱਚ ਵਾੜਤਾ। ਕੋਈ ਨਸ਼ਾ ਨੁਸ਼ਾ ਕੀਤਾ? ਪਤਾ ਨਹੀਂ, ਉਹ ਨਸ਼ਾ ਕੀਤਾ ਹੋਣਾ, ਤਾਂ ਹੀ ਦੁਕਾਨ ਸਿੱਧਾ ਮੋੜ ਕੇ ਉਹਨੂੰ ਮੋੜਿਆ, ਦੁਕਾਨ ਦੇ ਵਿੱਚ ਵਾੜਤਾ। ਤੁਹਾਡੀ ਕੀ ਹੁਣ ਮੰਗ ਹੈ ਵੀ? ਆਪਣੀ ਮੰਗ ਹੈ ਹੁਣ ਆਪਣੇ ਮੁੰਡੇ ਦੀ ਕੋਈ ਹੋਵੇ ਪੂਰੀ ਕਰ ਦੇਣ, ਤਾਂ ਹੀ ਸਰਕਾਰ ਤੋਂ ਮੰਗ ਕਰਦੇ। ਕਾਰਵਾਈ ਕਰਾਂਗੇ ਉਹਦੇ ਤੋਂ, ਕੋਈ ਪੂਰੀ ਕਾਰਵਾਈ ਆਪਾਂ ਕਰਨੀ ਆਉਂਦੇ ਤੇ। ਕਮਲਿਆ ਤੇਰੇ ਨਿੱਕੇ